ਸੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਕਹਿੰਦੇ ਨੇ ਕਿ ਮਨ ਕਰਕੇ ਹਾਜ਼ਰੀ ਜਾਓ। ਅਤੇ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਕ ਵਸਫ ਦੇ ਬਾਰੇ ਅਗਲੀ ਗੱਲ ਕਰਦੇ ਨੇ, ਕਹਿੰਦੇ ਨੇ ਕਿ ਸ਼ਸਤਰ ਅਤੇ ਸ਼ਾਸਤਰ ਦੀ ਕਥਾ ਕਰਨ ਵਾਲਾ ਅਤੇ ਸਮਝਾਉਣ ਵਾਲਾ ਗੁਰੂ ਐਸੇ ਰੂਹਾਨੀ ਬੁਲੰਦ ਰੁਤਬੇ ਦਾ ਮਾਲਕ ਹੈ ਨਾ ਕਿ ਉਹਦੀ ਇੱਕ ਵਿਲੱਖਣਤਾ ਹੈ। ਉਹ ਵਿਲੱਖਣਤਾ ਪਤਾ ਕੀ ਹੈ? ਉਹ ਕਹਿੰਦੇ ਤੇਗ ਰਾਹ ਫਤਿਹ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਰਾਹ ਰਾਹ ਗੁਰੂ ਗੋਬਿੰਦ ਸਿੰਘ। ਭਾਈ ਨੰਦ ਲਾਲ ਗੰਜਨਾਮੇ ਵਿੱਚ ਤੇਗ ਰਾਹ ਫਤਿਹ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਰਾਹ ਰਾਹ ਗੁਰੂ ਗੋਬਿੰਦ ਸਿੰਘ। ਕਹਿੰਦੇ ਮੈਂ ਇਹ ਸਿਫਤ ਕਿਤੇ ਵੇਖੀ ਨਹੀਂ ਕਿ ਗੁਰੂ ਗੋਬਿੰਦ ਸਿੰਘ ਜਦੋਂ ਕਿਸੇ ਮਰਦੂਦ ਦੇ ਉੱਪਰ ਤੇਗ ਦਾ ਵਾਰ ਕਰਦਾ ਹੈ ਉਹਨੂੰ ਮੁਰਦਾ ਬਣਾ ਦਿੰਦਾ ਹੈ, ਅਤੇ ਜ਼ਮੀਰ ਤੋਂ ਮਰੇ ਮੁਰਦੇ ਦੇ ਉੱਪਰ ਜ਼ਬਾਨ ਦਾ ਵਾਰ ਕਰਦਾ ਅਤੇ ਉਹਨੂੰ ਮਰੀਦ ਬਣਾ ਲੈਂਦਾ। ਵੱਖਰੀ ਖੇਡ, ਜ਼ਬਾਨ ਦਾ ਵਾਰ ਵੀ ਕੰਮ ਕਰਦਾ ਹੈ, ਤੇਗ ਦਾ ਵਾਰ ਵੀ ਕੰਮ ਕਰਦਾ ਹੈ। ਇੱਕ ਮੁਰਦੀ ਮੁਰਦਾ ਬਣਾ ਦਿੰਦਾ ਹੈ ਮਰਦਾਰ ਨੂੰ, ਮਰਦੂਦ ਨੂੰ, ਅਤੇ ਇੱਕ ਜ਼ਮੀਰ ਤੋਂ ਮਰੇ ਮੁਰਦੇ ਨੂੰ ਮਰੀਦ ਬਣਾ ਲੈਂਦਾ ਹੈ, ਵਾਰ ਦੋਵੇਂ ਕੰਮ ਕਰ ਰਹੇ ਨੇ। ਔਰੰਗਜ਼ੇਬ ਨੇ ਇੱਕ ਫਰਮਾਨ ਜਾਰੀ ਕੀਤਾ, ਕੱਸੇ ਹਰ ਕੇ ਕੌਲੇ ਕੁਰਾਂ ਬਾਇਦਸ਼ ਜਾਂ ਗੁਸਤਨੋ ਬਸਤਨੋ ਬਾਇਦਸ਼। ਅਨੰਦਪੁਰ ਸਾਹਿਬ ਦੇ ਬਾਗੀ ਗੁਰੂ ਨੂੰ ਜਾਂ ਤੇ ਕੋਈ ਗ੍ਰਿਫਤਾਰ ਕਰਕੇ ਲੈ ਕੇ ਆਵੇ ਤੇ ਜਾਂ ਕੋਈ ਉਹਦਾ ਸਿਰ ਵੱਢ ਕੇ ਲੈ ਕੇ ਆਵੇ। ਇੱਕ ਸੈਦ ਖਾਨ ਨਾਂ ਦਾ ਜਰਨੈਲ 7000 ਮਨਸਬਦਾਰ ਫੌਜ ਲੈ ਕੇ ਤੁਰਿਆ। ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਆਇਆ, ਲੜਨ ਦਾ ਹੌਸਲਾ ਨਾ ਪਿਆ, ਮਰੀਦ ਬਣ ਗਿਆ ਗੁਰੂ ਸਾਹਿਬ ਦਾ, ਗੁਰੂ ਸਾਹਿਬ ਦੀ ਫੌਜ ਦੇ ਵਿੱਚ ਸ਼ਾਮਿਲ ਹੋ ਗਿਆ। ਹੁਣ ਔਰੰਗਜ਼ੇਬ ਦੇ ਵਾਸਤੇ ਇਹ ਵੀ ਇੱਕ ਧੱਕਾ ਸੀ ਕਿ ਇੱਕ ਜਰਨੈਲ ਨੂੰ ਭੇਜਿਆ ਜਾਵੇ ਅਤੇ ਜਿਸ ਦੁਸ਼ਮਣ ਵੱਲ ਭੇਜਿਆ ਜਾਵੇ ਉਹ ਦੁਸ਼ਮਣ ਦਾ ਹੀ ਮਰੀਦ ਬਣ ਜਾਵੇ। ਦੂਜਾ ਜਰਨੈਲ ਤਿਆਰ ਕੀਤਾ ਗਿਆ ਸੈਯਦ ਪਰਿਵਾਰ ਦੇ ਵਿੱਚੋਂ, ਨਾਮ ਸੀ ਸੈਯਦ ਸੈਦ ਬੇਗ। ਉਸਨੇ ਕਿਹਾ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਵੱਢ ਕੇ ਲੈ ਕੇ ਆਵਾਂਗਾ। ਜਿਹੜਾ ਬਾਦਸ਼ਾਹ ਨੇ ਫਰਮਾਨ ਜਾਰੀ ਕੀਤਾ ਨਾ ਕਿ ਕੱਸੇ ਹਰ ਕੇ ਕੌਲੇ ਕੁਰਾਂ ਬਾਇਦਸ਼ ਜਾਂ ਕੁਸਤਨੋ ਬਸਤਨੋ ਬਾਇਦਸ਼ ਜਾਂ ਕੋਹ ਕੇ ਸਿਰ ਵੱਢ ਕੇ ਲੈ ਕੇ ਆਵਾਂਗਾ ਜਾਂ ਬਸਤ ਨੂੰ ਬੰਦੀ ਬਣਾ ਕੇ ਤੇਰੇ ਦਰਬਾਰ 'ਚ ਪੇਸ਼ ਕਰਾਂਗਾ। ਆਪਣੀਆਂ ਫੌਜਾਂ ਨੂੰ ਲੈ ਕੇ ਇਹ ਤੁਰ ਪਿਆ। ਰਸਤੇ ਦੇ ਵਿੱਚ ਆਪਣੀ ਭੈਣ ਦੇ ਕੋਲ ਰੁਕਿਆ। ਹੁਣ ਮੈਂ ਫਿਰ ਤੁਹਾਡੀ ਸੁਰਤ ਨੂੰ ਉੱਥੇ ਲੈ ਕੇ ਜਾਣਾ ਚਾਹੁੰਦਾ। ਮੈਂ ਤੁਹਾਨੂੰ ਦੱਸਿਆ ਸੀ ਕਿ ਭੀਖਣ ਸ਼ਾਹ, ਉਹਨਾਂ ਦੀ ਮਾਤਾ ਮਲਿਕਾ, ਮਲਿਕਾ ਦੇ ਭਰਾ ਦਾ ਨਾਂ ਸੈਯਦ ਗੁਲਾਮੋਦੀਨ ਅਤੇ ਗੁਲਾਮੋਦੀਨ ਦਾ ਬੇਟਾ ਸੈਯਦ ਬਦਰੂਦੀਨ, ਜਿਨ੍ਹਾਂ ਨੂੰ ਪਿਆਰ ਨਾਲ ਪੀਰ ਬੁੱਧੂ ਸ਼ਾਹ ਆਖਦੇ ਹਾਂ, ਅਤੇ ਪੀਰ ਬੁੱਧੂ ਸ਼ਾਹ ਦਾ ਸਕਾ ਸਾਲਾ ਸੀ ਇਹ ਸੈਯਦ ਸੈਦ ਬੇਗ। ਆਇਆ ਫੌਜਾਂ ਲੈ ਕੇ, ਰਸਤੇ ਵਿੱਚ ਸਡੌਰੇ ਰੁਕਿਆ ਆਪਣੀ ਭੈਣ ਦੇ ਕੋਲ, ਨਸੀਰਾਂ ਦੇ ਕੋਲ। ਤਾਂ ਨਸੀਰਾਂ ਨੇ ਜਦੋਂ ਇੰਨੇ ਲਾਮ ਲਸ਼ਕਰ ਦੇ ਨਾਲ ਭਰਾ ਨੂੰ ਵੇਖਿਆ ਤਾਂ ਕਹਿੰਦੀ, ਭਾਈ ਜਾਨ ਕਿੱਥੇ ਜਾ ਰਿਹਾ? ਕਹਿੰਦਾ ਅਨੰਦਪੁਰ। ਕਹਿੰਦੀ ਗੁਰੂ ਦੇ ਜ਼ਿਆਰਤ ਕਰਨ ਦੇ ਵਾਸਤੇ, ਦਰਸ਼ਨ ਕਰਨ ਦੇ ਵਾਸਤੇ? ਕਹਿੰਦਾ ਨਹੀਂ, ਗੁਰੂ ਹੋਵੇਗਾ ਤੁਹਾਡਾ, ਜ਼ਿਆਰਤ ਕਰਨ ਦੇ ਵਾਸਤੇ ਨਹੀਂ ਜਾ ਰਿਹਾ, ਸਿਰ ਵੱਢਣ ਵਾਸਤੇ ਜਾ ਰਿਹਾ। ਕਹਿੰਦੀ ਨਾ ਵੀਰਾ ਨਾ, ਗੁਰੂ ਤਾਂ ਖੁਦਾ ਦਾ ਰੂਪ ਹੈ, ਤੇਰੀ ਜ਼ਬਾਨ 'ਚੋਂ ਇਵੇਂ ਦੇ ਸ਼ਬਦ ਨਹੀਂ ਨਿਕਲਣੇ ਚਾਹੀਦੇ, ਤੂੰ ਇੰਜ ਨਾ ਕਹਿ, ਅਸੀਂ ਤਾਂ ਗੁਰੂ ਦੇ ਦੀਦਾਰ ਕਰਨ ਵਾਸਤੇ ਜਾਂਦੇ ਹਾਂ। ਅਤੇ ਕਹਿੰਦਾ ਜਦੋਂ ਤੇਰੇ ਗੁਰੂ ਦਾ ਸਿਰ ਵੱਢ ਕੇ ਨੇਜੇ 'ਤੇ ਟੰਗ ਕੇ ਲੈ ਕੇ ਆਵਾਂਗੇ ਤਾਂ ਦੀਦਾਰ ਕਰਦੀ ਨਹੀਂ, ਮੇਰਾ ਅਟਲ ਫੈਸਲਾ ਹੈ, ਮੈਂ ਗੁਰੂ ਦਾ ਸਿਰ ਵੱਢ ਕੇ ਲੈ ਕੇ ਆਉਣਾ। ਬੜੇ ਪਿਆਰ ਦੇ ਨਾਲ ਨਸੀਰਾਂ ਪਤਾ ਕੀ ਕਹਿੰਦੀ ਹੈ? ਕਹਿੰਦੀ ਮੈਂ ਤੈਨੂੰ ਰੋਕ ਤਾਂ ਨਹੀਂ ਸਕਦੀ, ਪਰ ਦੁਆ ਕਰਦੀ ਹਾਂ ਖੁਦਾਵੰਦ ਕਰੀਮ ਦੇ ਚਰਨਾਂ ਦੇ ਵਿੱਚ ਕਿ ਗੁਰੂ ਦੇ ਭੱਥੇ ਦੇ ਵਿੱਚ ਵੀ ਤੀਰ ਹੈ ਜਿਹੜਾ ਲੋਹੇ ਦੀ ਮੁਖੀ ਵਾਲਾ ਹੈ, ਅਤੇ ਗੁਰੂ ਦੀ ਸ਼ਬਦ ਜਿਹੜੇ ਉਹ ਵੀ ਤੀਰ ਵਾਂਗ ਕੰਮ ਕਰਦੇ ਨੇ, ਤੈਨੂੰ ਤੀਰ 'ਤੇ ਜ਼ਰੂਰ ਵੱਜਣਾ, ਪਰ ਖੁਦਾ ਦੇ ਅੱਗੇ ਇਹ ਇੱਕ ਦੁਆ ਜ਼ਰੂਰ ਕਰਦੀ ਹੈ ਕਿ ਤੈਨੂੰ ਗੁਰੂ ਦੇ ਕਮਾਨ ਦੇ ਤੀਰ ਦਾ ਨਾ ਵੱਜੇ, ਤੈਨੂੰ ਗੁਰੂ ਦੇ ਸ਼ਬਦ ਦਾ ਤੀਰ ਵੱਜੇ, ਤੇਰੀ ਜਾਨ ਬਚ ਜਾਵੇ ਗੁਰੂ ਦੇ। ਆਪਣੀ ਫੌਜ ਲੈ ਕੇ ਬੜੇ ਅਹੰਕਾਰ ਦੇ ਨਾਲ ਤੁਰ ਪਿਆ, ਅਨੰਦਪੁਰ ਸਾਹਿਬ ਦੇ ਬਾਹਰ ਪਹੁੰਚਿਆ ਅਤੇ ਜੰਗ ਕਰਨ ਤੋਂ ਪਹਿਲਾਂ ਮਨ ਦੇ ਵਿੱਚ ਇੱਕ ਖਿਆਲ ਆਇਆ, ਮੇਰੀ ਭੈਣ ਕਹਿੰਦੀ ਸੀ ਕਿ ਗੁਰੂ ਖੁਦਾ ਦਾ ਰੂਪ ਹੈ, ਅਤੇ ਜੇ ਸੱਚਮੁੱਚ ਗੁਰੂ ਦਾ ਖੁਦਾ ਦਾ ਰੂਪ ਹੋਇਆ ਤਾਂ ਮੇਰਾ ਕੀ ਬਣੇਗਾ? ਮਨ 'ਚ ਸ਼ੰਕਾ ਤਾਂ ਆ ਗਿਆ। ਉੱਧਰੋਂ ਭਾਈ ਚਤਰ ਸਿੰਘ ਬਰਾੜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਬਰ ਦੇ ਦਿੱਤੀ ਕਿ ਔਰੰਗਜ਼ੇਬ ਦਾ ਭੇਜਿਆ ਜਰਨੈਲ ਜਿਹੜਾ ਅਨੰਦਪੁਰ ਸਾਹਿਬ ਦੇ ਉੱਪਰ ਘੇਰਾ ਪਾਉਣ ਵਾਸਤੇ ਆਇਆ। ਜੰਗ ਦੀ ਤਿਆਰੀ ਹੋਈ। ਹੁਣ ਇੱਧਰੋਂ ਸੈਦ ਬੇਗ ਆਇਆ ਗੁਰੂ ਸਾਹਿਬ ਦੇ ਉੱਪਰ ਚੜ੍ਹਾਈ ਕਰਨ ਦੇ ਵਾਸਤੇ, ਅਤੇ ਅੰਦਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਦਾ ਮੁਕਾਬਲਾ ਕਰਨ ਦੇ ਵਾਸਤੇ ਭੇਜਿਆ ਸੈਦ ਖਾਨ ਜਿਹੜਾ ਪਹਿਲਾਂ ਗੁਰੂ ਸਾਹਿਬ ਦਾ ਮਰੀਦ ਬਣ ਚੁੱਕਾ ਸੀ।
हुण जिहड़ा गुरु साहब दे उपर चढ़ाई करके आया वह भी मुसलमान, तो जिहड़ा गुरु साहब दे वल्लों लड़न वास्ते जा रहा वह भी मुसलमान। सैयद बेग बड़ा दिमागी तौर पर चुस्त बंदा सी, जिहड़ा पीर बुद्धू शाह दा साला सी, वह बड़ी जदों उहने वेख्या कि फौजां लैके सैयद खान आ रहा है तो वह बड़ी चलाकी नाल कहिंदा कहिंदा सैयद खान अपने मुसलमान भाई के खून से अपने हाथों को रंगोगे, तू भी मेरा मुसलमान भरा। तो गुरु इन्ना चलाक आप नहीं लड़ रहा, मुसलमान नू मुसलमान दे नाल लड़ा रहा है। जेकर गुरु दे विच इन्नी अजमत है तो मैदाने जंग च मेरे सामने आके क्यों नहीं लड़दा। अजे ये शब्द जबान दे विच ने, पिछों घोड़े दीआं टापां दी आवाज़ सुनाई दित्ती ते पातशाह उच्ची आवाज़ च कहिंदे ने सैयद खान तू लांभे हो जा। जेकर सैयद बेग दे मन दी मुराद है कि गुरु गोबिंद सिंह दे सामने लड़े तां मर्द सूरमा दे सामने आ गया। हुण एक पासे सैयद बेग खड़ा है, एक पासे गुरु साहब खड़े ने, ते पातशाह कहिंदे ने सैयद बेग वार कर। सैयद बेग चुप है, पातशाह कहिंदे सैयद बेग वार तैनू ही करना पैना है क्योंकि मैं अपने दादे कोलों जिहड़ी सिक्ख्या लई है ना कदी दुश्मन ते पहला वार नहीं कीता। मैं वार जां वार रोकण दे वास्ते कीता है जां फिर जालिम नू खत्म करन दे वास्ते कीता है, मैं वार करन दी कदी पहला वार नहीं कीता। चाहे तुसी गुरु हरगोबिंद साहब दा वेख लो, मुहम्मद अरदस्तानी दी लिखी हुई दबस्ताने मज़ाहिब भी कहिंदा कि गुरु नू मैं पहला वार करदे नहीं वेख्या। तुसी भंगाणी दी जंग वेख लो, हरिचंद तीन वार करदा फिर चौथी वार पातशाह कहिंदे ने जब्बे बाण लग गयो तब्बे रोस जाग्यो, करन लैक मारन हरन बाण तारन सो जोधा बिथारे हरिचंद मारे। पहला वार कदी नहीं कीता। कहिंदे सैयद बेग मैं वार नहीं करना तू वार कर। हुण सैयद बेग दे हथ कंब रहे ने, घोड़े तो उतरिया अपनी शमशीर गुरु दे चरणां ते रख दित्ती ते हथ जोड़ के अपनी जबान तों इक्को गल कही, खुदा आयद आयद खुदा बंदा हकीकत दर मिजाज आयद के मुरदारा खुनद जिंदा। वह दुनिया के लोगों मैं भुलिया होया सी, सचमुच गुरु गोबिंद सिंह खुदा है, गुरु गोबिंद सिंह सचमुच खुदा का रूप है। मैं भुलिया सी, मेरी जमीर मरी सी, हकीकत दर मिजाज आयद के मुरदारा कुनद जिंदा। मैं इहदे इक चेहरे नूं तकिया है ते मैनूं दोबारा जिंदगी मिल गई है। किहड़ा सोच सकदा है कि गुरु नूं खत्म किया जा सकता है। खुदा आयद आयद खुदा बंदा हकीकत दर मिजाज आयत के मुरदारा कुनत जिंदा। गुरु नूं खत्म नहीं किया जा सकता, गुरु दे ते चेहरे नूं वेख के मुरदियां नूं जिंदगी मिल जाती है। ऐसा मेरा गुरु है, जिथे असीं कहिंदे हां कि गुर पारस हम लोह मिल कंचन हो आ राम। नंद लाल जी गुरु गोबिंद सिंह